excited हूँ मैं ना अपने husband के साथ मालदीव जाऊंगी अच्छा हाँ मैं पता जिन पढ़ा ना था अच्छा तुम लोग कहाँ जाओगी हम लोग तो इधर पाकिस्तान में ही रहेंगे तुम पाकिस्तान में रहोगी हाँ एक काम करना दादी की कब्र पे चले जाना दादी भी दादी की कब्र पे शादी करके दादी की कब्र पे थोड़ी जाते चारा ना कर लिया कतरी से ज्यादा अकेले अकेले खाती दूंगा आपको मैं ओ हेलो इधर है तुम्हारी मिसेस अकेले तो बहुत गुल्ला कितना प्यारा लग रहे हैं जान हां जी ਤੁਹਾਡਾ ਹਕੀਕਾ ਆਇਆ ਕਿ ਨਹੀਂ ਤੇ ਨਾਲ ਅਭੀ ਸ਼ਾਦੀ ਹੈ ਨਹੀਂ ਸਵਾਗਰਾਤ ਵੀ ਨਹੀਂ ਹੋਈ ਤੁਹਾਡੀ ਹੋਣੀ ਵੀ ਨਹੀਂ ਜਨਾਬ ਤੁਹਾਡੀ ਆਖਰੀ ਰਾਤ ਹੋਣੀ ਹੈ ਕਿਉਂ ਤੁਹਾਨੂੰ ਪਤਿਆ ਤਾਂ ਨਹੀਂ ਨਾ ਪਤਾ ਚਲੋ ਚਲੋ ਟੋਰੋ ਟੋਰੋ ਬਸ ਆਹਾਂ ਤਿਆਰੀਆਂ ਜਾਨ ਆਪਨੇ ਮੈਨੂੰ ਹਨੀਮੂਨ ਕੇ ਲਈ ਕਾ ਲੈ ਕੇ ਜਾਏਗੇ ਓਏ ਉਹ ਕਿੱਥੇ ਮੇਰੀ ਬੁੱਢੀ ਉਹ ਅੱਗੇ ਨਿਕਲ ਗਈ ਕਿਧਰੇ ਉਹ ਕੀ ਕਰ ਰਿਹਾ ਪਿਆ ਆਹ ਆਹ ਕੈਸੀ ਕੈਸੀ ਸੁਹਾਗਰਾਤ ਵੇਚਣੀ ਬਹੁਤ ਅੱਛੇ ਮੁੰਡੇ ਆਏ ਫੈਸਲਾ ਬਦੋ ਪੈਸੇ ਲੈ ਕੇ ਬਸ ਲਾਣਾ ਤੇਰੇ ਸਾਰੇ ਪੈਸੇ ਉੱਤੇ ਚਲਾਈ ਹੈ ਬਤਾਓ ਨਾ ਹਨੀਮੂਨ ਕੇ ਲਈ ਕਾ ਲੈ ਕੇ ਜਾਓਗੇ ਦਾਦੇ ਕੀ ਕਬਰ ਪੇ ਸਾਡੇ ਕੋਈ ਜਾਂਦਾ ਹੈ ਕਿਆ ਹਾਂ ਜਾਂਦੇ ਉਹ ਤੇ ਹੁੰਦਾ ਹੀ ਕੋਈ ਨਹੀਂ ਹਾਂ ਜਾਨ ਮੇਰੇ ਲਈ ਆਸਮਾਨ ਸੇ ਤਾਰੇ ਤੋੜ ਸਕਦੇ ਹੋ ਐਡੀ ਪੌੜੀ ਤੇਰਾ ਪਿਓ ਬਣਾਏਗਾ ਤਾਰੇ ਤੋੜੋ ਹੋਰ ਕੋਈ ਛੋਟਾ ਜਿਹਾ ਕੰਮ ਕੋਈ ਤੁਸੀਂ ਤਾਰੇ ਪੈਸੇ ਮੰਗ ਸਕਦੇ ਸੁਹਾਗ ਰਾਤ ਕੋ ਦੋਲਾ ਦੋ ਤੂੰ ਪੀਤੇ ਹੀ ਹੈ ਨਾ ਪਹਿਲੀ ਰਾਤ ਹੀ ਉਹਨੇ ਪੀਣਾ ਹੁੰਦਾ ਨਾ ਫਿਰ ਸਾਰੀ ਜ਼ਿੰਦਗੀ ਦੇ ਬੱਚੇ ਪੀਂਦੇ ਰਹਿੰਦੇ ਨੇ ਟੈਨਸ਼ਨ ਨਾਲ ਚਾਹ ਤੇ ਹਾਂ ਹਮ ਹਨੀਮੂਨ ਮਨਾਣੇ ਕਹਾਂ ਜਾਣਗੇ ਹਨੀਮੂਨ ਕਹਾਂ ਮਨਾਏਗੇ ਹਾਂਜੀ ਜੰਗਲ ਚ ਜੇਕਰ ਵਾਂ ਪੇ ਸ਼ੇਰ ਆ ਗਿਆ ਤੋ ਬਸ ਫਿਰ ਸ਼ੇਰ ਹੀ ਮਨਾਏਗਾ ਸ਼ੇਰ ਨਹੀਂ ਬਣਾ ਸਕਦਾ ਉਹ ਕਿਉਂ ਅੱਜ ਕੱਲ ਸ਼ੇਰ ਤੇ ਸਖਤੀ ਹੈ ਕਰਕੇ ਜਰਾ ਜੀਦਾ ਜੁਦਾ ਹੀ ਠੀਕ ਹੈ ਜਾਨੋ ਇਤਨੀ ਦੇਰ ਕਹਾਂ ਰਹਿ ਗਏ ਥੇ ਉਹ ਮੈਂ ਨਾ ਹਕੀਮ ਕੋਲੋਂ ਨਾ ਸ਼ਾਦੀ ਦਾ ਨਕਸ਼ਾ ਲੈ ਰਿਹਾ ਸਾ ਮੈਂ ਕਿਹਾ ਸਫ਼ਰ ਤਾਂ ਨਿਕਲਣਾ ਜਰਾ ਚੰਗਾ ਹੁੰਦਾ ਕੋਲ ਆਪਣਾ ਹਕੀਮ ਰਾਣਾ ਫੇਮ ਹੋ ਮਾਸ਼ਾਅੱਲਾ ਸਭ ਨੇ ਸ਼ਾਦੀਆਂ ਕਰ ਆ ਤੁਸੀਂ ਮੁਸਲਮਾਨ ਹੋ ਜੀ ਇਹ ਸਾਰੀਆਂ ਮੈਨੂੰ ਦੇ ਦਿਓ ਅੱਲਾ ਤੁਹਾਨੂੰ ਹੋਰ ਦੇਗਾ ਦਰ ਫਿੜੇ ਮੂਸੀ ਤੈਨੂੰ ਨਾ ਕਰਨੀ ਹੈ ਸ਼ਾਬਾਸ਼ ਤੂੰ ਸਾਡਾ ਭਰਾ ਹੈਗਾ ਲੇਕਿਨ ਸ਼ੁਕਰ ਹੈ ਜਾਨ ਆਪਨਾ ਮੈਨੂੰ ਮੂੰਹ ਦਿਖਾਈ ਵੀ ਕੀ ਦੇਂਗੇ ਆਪ ਮੈਨੂੰ ਦਿਖਾ ਦੇਣਾ ਮੈਂ ਆਪਕੋ ਦਿਖਾ ਦੂੰਗਾ ਮੂੰਹ ਹੀ ਦਿਖਾਣਾ ਹੈ ਆਪ ਮੇਕਅਪ ਉਤਾਰ ਦੇਣਾ ਮੈਂ ਸ਼ੇਵ ਕਰ ਲਾਂਗਾ ਜਾਨ ਆਪ ਮੈਨੂੰ ਮੂੰਹ ਦਿਖਾਈ ਵੀ ਕੀ ਦੇਂਗੇ ਜੋ ਉਸ ਟਾਈਮ ਮੇਰੇ ਕੋਲ ਹੋਇਆ ਸਲਾਮੀਆਂ ਹੀ ਹੋਣੀਆਂ ਫਿਰ ਤਾਂ ਐਸੇ ਹੀ ਹੋਣਾ ਜਦੋਂ ਹਮ ਸੁਹਾਗਰਾਤ ਕਹਾਂ ਮਨਾਏਗੇ ਜਿੱਥੇ ਛਾਪਾ ਨਾ ਪਵੇ ਹਾਂ ਫਿਰ ਮੇਰੇ ਸੁਹਾਗਰਾਤ ਮਨਾਤੇ ਕਿਸੇ ਜੈਸੇ 14 ਕਸਮ ਮਨਾਤੇ ਹੈ ਸਲੰਸਰ ਨਿਕਾਲ ਕੇ ਘਾ ਜਾਨ ਇਸਕੋ ਕੈਸੇ ਪਤਾ ਕਿ ਸੁਹਾਗਰਾਤ ਐਸੇ ਮਨਾਤੇ ਹੈ ਇਸ ਦਿਨ ਆਪਣੇ ਵਾਲਦ ਔਰ ਵਾਲਦਾ ਕੀ ਦੇਖੀ ਹੋਈ ਹੈ ਨਾ ਜਿਸਕੇ ਵਾਲਦ ਨੇ ਯਾਮਾ ਆਗੇ ਸੇ ਚੂਕਾ ਥਾ ਤੋ ਇਸਕੋ ਪਤਾ ਲੱਗ ਗਿਆ ਹਾਂਜੀ ਮੇਰੇ ਪੁਨੇ ਯਾਮਾ ਚੂਕਾ ਤੋ ਸਲੰਸਰ ਸਨਾ ਥਾ ਲੇਕਿਨ ਜਾਨ ਮੈਨੂੰ ਇਹ ਬਤਾਏ ਕਿ ਇਹ ਸੁਹਾਗਰਾਤ ਆਖਰ ਹੁੰਦੀ ਕੀ ਹੈ ਹੁਣ ਤੈਨੂੰ ਦੱਸਾਂ ਹੋਰ ਕਿਹਨੂੰ ਦੱਸਾਂ ਮੇਰੀ ਜਾਨ ਤੈਨੂੰ ਦੱਸਣਾ ਮੈਂ ਆਪਣੀ ਬੀਵੀ ਨੂੰ ਦੱਸਣਾ ਸੁਹਾਗਰਾਤ ਲਾੜਾ ਨਾਲ ਦੁਲਹਨ ਨੂੰ ਕਮਰੇ 'ਚ ਲੈ ਕੇ ਜਾਂਦਾ ਫਿਰ ਕੁੰਡੀ ਲਾਉਂਦਾ ਫਿਰ ਆਏ ਬੱਤੀ ਬੰਦ ਕਰਦਾ ਫਿਰ ਜ਼ੀਰੋ ਦਾ ਬਲਬ ਬਾਲਦਾ ਫਿਰ ਦੁੱਧ ਪੀਂਦਾ ਕੁਰ 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 ਪਾ ਫਿਰ ਐਂਜ ਕਰਕੇ ਹੱਥ ਫੜ ਕੇ ਫਿਰ ਛੋਟਾ ਜਿਹਾ ਲਾਗੇ ਹੁੰਦਾ ਫਿਰ ਛੋਟਾ ਜਿਹਾ ਹੋਰ ਹੁੰਦਾ ਫਿਰ ਜਦੋਂ ਬਿਲਕੁਲ ਲਾਗੇ ਹੋ ਜਾਂਦਾ ਨਾ ਫਿਰ ਐਂਜ ਦਾ ਕੰਜਰ ਹੁੰਦਾ ਐਂਜ ਦਾ ਉਹ ਥੋੜੀ ਯਾਰ ਕੀ ਕਰ ਰਿਹਾ ਜਾਨ ਇਹ ਸੁਹਾਗਰਾਤ ਕੀ ਹੁੰਦੀ ਹੈ ਇਹ ਹੁੰਦੀ ਹੈ ਫ੍ਰੀ ਐਂਟਰਟੇਨਮੈਂਟ ਹਾਂਜੀ ਟੈਂਟ ਵਾਲਿਆਂ ਨੂੰ ਤੇ ਰੱਬੇ ਨੇ ਦੇਣੇ ਉਹ ਵਾਲਾ ਸਾਹਿਬ ਹੀ ਦੇਣੇ ਹੁੰਦੇ ਨੇ ਫਿਲਹਾਲ ਬੰਦੇ ਦੇ ਬਾਅਦ ਫ੍ਰੀ ਹੁੰਦਾ ਸਾਰੀ ਜ਼ਿੰਦਗੀ ਇੰਜੋਏ ਕਰੋ ਚਲੋ ਹਮਨੇ ਕਮਰੇ ਆਜੋ ਇੱਕ ਦੂਜੇ ਆਜੋ ਇੱਕ ਦੂਜੇ ਦੇ ਬੱਚੇ ਜਮੀਨ ਓ ਦੋਸਤਾ ਤੁਹਾਡੀ ਆਵਾਜ਼ ਨਾ ਆਵੇ ਸਾਡੀ ਵੀ ਨਹੀਂ ਆਏਗੀ ਤੁਸੀਂ ਕਿੱਧਰ ਜਾ ਰਹੇ ਹੋ ਮੈਂ ਐਲਾਨ ਕਰਨ ਚੱਲਣਾ ਕਿਸੇ ਨੇ ਲੈਣਾ ਦੇਣਾ ਤੇ ਹੁਣੇ ਕਰ ਲਵੇ ਇੱਧਰ ਆਉਣਾ ਉਹ ਥੱਲੇ ਕਿਉਂ ਬੈਠ ਗਏ ਹੋ ਤੁਸੀਂ ਵੱਡੇ ਹੋ ਦੇਖੋ ਮੇਰੀ ਗੱਲ ਸੁਣੋ ਹੁਣ ਤੁਹਾਡੀ ਮੇਰੀ ਸ਼ਾਦੀ ਹੋ ਰਹੀ ਹੈ ਤੇ ਉੱਤੇ ਬੈਠੋ ਬਹੁਤ ਨਾ ਅੱਛਾ ਜਾਨੂ ਇਹ ਦੱਸੋ ਨਿਕਾਹ ਤੋਂ ਬਾਅਦ ਮੈਂ ਕਿੰਨੂੰ ਮੂੰਹ ਵਹਾਣਾ ਹੈ ਤੇ ਕਿੰਨੂੰ ਨਹੀਂ ਵਹਾਣਾ ਮੇਰੇ ਤੋਂ ਇਲਾਵਾ ਸਭ ਨੂੰ ਵਹਾਣਾ ਤੁਸੀਂ ਤੁਹਾਨੂੰ ਖੁੱਲੀ ਛੂਟ ਹੈ ਜਾਨੂ ਤੁਸੀਂ ਇਹ ਦੱਸੋ ਅਸੀਂ ਸੁਹਾਗਰਾਤ ਕਿੱਥੇ ਮਨਾਵਾਂਗੇ ਅਸੀਂ ਕਿਧਰੇ ਨਹੀਂ ਜਾਣਾ ਜੇ ਨਹੀਂ ਆਣਾ ਸਾਡੇ ਘਰ ਆਵੇ ਅੱਛਾ
ਤੁਸੀਂ ਮੇਰੇ ਸ਼ਾਹੇ ਯਾਰੇ ਮੇਰੇ ਲੱਖ ਹੈਲੋ ਭਾਈ ਜਾਨ, ਮੇਰੀ ਗੱਲ ਸੁਣੋ। ਇੱਥੇ ਕਿਸੇ ਨੂੰ ਨੀ ਪਤਾ ਕਿ ਤੁਹਾਡਾ ਵਰਕਸ਼ਾਪ ਹੈ ਜਾਂ ਤੁਸੀਂ ਮੋਟਰ ਮਕੈਨਿਕ ਹੋ, ਸਮਝ ਆਈ ਨਾ? ਓ ਭਾਈ ਜੀ, ਮੇਰੀਆਂ ਚਾਰ ਗੱਡੀਆਂ ਖੁੱਲੀਆਂ ਪਈਆਂ ਨੇ, ਉਹਨਾਂ ਨੇ ਮੈਂ ਕੀ ਕਰਨਾ? ਗੱਡੀਆਂ ਦੀ ਗੱਲ ਨਹੀਂ ਕਰਨੀ। ਓ ਮੈਨੂੰ ਨਿਕਾਹ ਨਹੀਂ ਹੁੰਦਾ। ਗੱਡੀਆਂ ਦੀ ਗੱਲ ਨਹੀਂ ਕਰਨੀ, ਇੱਥੇ ਨਿਕਾਹ ਖਾ ਬਣ ਕੇ ਆਇਆ ਤੂੰ, ਇੱਥੇ ਨਿਕਾਹ ਪੜਾਣਾ। ਨਿਕਾਹ? ਦੱਸੋ ਤੂੰ ਸਹੀ। ਬਿਸਮਿਲਲਾ ਕਰੋ। ਤੈਨੂੰ ਸਮਝ ਨੀ ਆਉਂਦੀ, ਗੱਡੀ ਦੀ ਗੱਲ ਨੀ ਕਹਿੰਦੀ, ਨਿਕਾਹ ਪੜਾਣਾ। ਮੈਨੂੰ ਵੀ ਮਾਰ ਪਵੇਗਾ। ਗੱਡੀ ਦੀ ਗੱਲ ਨੀ ਕਰਨੀ, ਨਿਕਾਹ ਪੜਾਣਾ। ਤੂੰ ਕਿਉਂ ਮੈਨੂੰ ਮਾਂ ਪਵਾਉਣੀ? ਤੂੰ ਸਮਝ ਨੀ ਆਉਂਦੀ ਸਭਾ? ਨਿਕਾਹ ਬਣਾਣਾ, ਨਿਕਾਹ ਬਣਾਣਾ। ਦੱਸੋ ਤੂੰ ਸਹੀ। ਸਾਲਿਆ ਬੈਠੀ ਬਾਤ ਨੀ ਆਉਣ ਡਈ। ਉਧਰ ਮੇਰੇ ਵਾਲੇ ਪਾਸੇ ਬਹਿ ਕੇ ਵੇਖ, ਤੈਨੂੰ ਪਤਾ ਲੱਗੇ ਪਟਾਕਾ ਹੁੰਦਾ ਕੀ। ਮਾਫੀ ਲੈਣਾ, ਤੂੰ ਮੇਰੇ ਕੋਲ ਗੋਲੀ ਖਾਏਗਾ? ਤੈਨੂੰ ਬਕਵਾਸ ਕਰ ਰਿਹਾ, ਗੱਡੀ ਦੀ ਗੱਲ ਕਰ, ਨਿਕਾਹ ਪੜਾਣਾ। ਨਿਕਾਹ ਪੜਾਣਾ, ਤੂੰ ਦੱਸੋ ਤੂੰ ਸਹੀ। ਚਲ ਨਿਕਾਹ ਸ਼ੁਰੂ ਕਰ ਲਿਆ ਜਨਾਬ। ਪਹਿਲੇ ਕੀ ਕੀਤਾ ਸੀ? ਐ ਵਿੱਚ ਨਹੀਂ ਬੋਲੀ ਦਾ, ਨਿਕਾਹ ਪੜਾਓ। ਹਾਂ ਬੜਵਾਣਾ ਤੇ। ਹਾਂ ਨਿਕਾਹ ਸ਼ੁਰੂ ਕਰ ਲਿਆ ਜਨਾਬ। ਸਭ ਤੋਂ ਪਹਿਲੇ ਮੈਨੂੰ ਇਹ ਦੱਸੋ, ਇਹ ਟੀਨਿੰਗ ਕਦੋਂ ਕਰਵਾਈ ਹੈ? ਪਤਾ ਨੀ, ਮੈਂ ਤੇ ਰਾਣੇ ਭਾਈ ਭੁੱਲ ਗਈ। ਅਗਰ ਡੀਜ਼ਲ ਹੈ ਤਾਂ ਠੀਕ ਹੈ, ਪੈਟਰੋਲ ਹੈ ਤਾਂ ਮੋੜ ਬੜੀ ਔਖੀ ਗੱਲ ਹੈ ਪੁੱਤਰੀ, ਇਹ ਟੈਂਕੀਆਂ ਫੁੱਲ ਨਹੀਂ ਜਾਂਦੀਆਂ। ਸ਼ਾਦੀ ਕਰ ਲਈ? ਕਿਆ ਹੋ ਗਿਆ ਅੰਕਲ? ਅੰਕਲ ਤੇਰਾ ਦਿਮਾਗ ਠੀਕ ਹੈ? ਤੇਰਾ ਪਾਗਲ ਅਬੂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਨੂੰ ਕਿਸੇ ਬਗੈਰਤ ਨੇ ਕਿਹਾ ਸੀ। ਤੂੰ ਕਿਹਾ ਸੀ? ਇਤਾ ਹਾਈਪਰ ਹੋਣੀ ਕੀ ਕਿਆ ਜ਼ਰੂਰਤ ਹੈ? ਇਤਾ ਕਿਉਂ ਹਾਈਪਰ ਹੋ ਰਹੇ ਹੋ? ਹਾਈਪਰ ਨਾ ਮਾਮਾ, ਆ ਤਾਂ ਸਹੀ ਤੇ ਕਹਿ ਰਹੀ, ਤੁਸੀਂ ਕਿਉਂ ਗੁੱਸਾ ਕਰ ਰਹੇ ਹੋ? ਗੁੱਸਾ ਨਾ ਕਰਾਂ, ਔਰ ਮੈਂ ਕੀ ਕਰਾਂ? ਉਹਦੀ ਸ਼ਾਦੀ ਹੋਈ ਹੈ ਸਰ। ਸ਼ਰਮ ਚੀਟਰ ਔਰਤ ਚੀਟਰ
بہت اچھی جوڑی اللہ پکی کر دینا کڑی تم بھی بیاہ کر لیا دکان تک کون بیٹھے گا لیکن ایک بات یاد رکھو، اگر تم نے میرے ساتھ کارڈ کھیلا نا تو حکم کا یکا ابھی میرے ہاتھ میں ہے میڈم، انہوں نے کہا کہ میں تیرے نال شادی کراں، اس تو بعد تو مر جائے گی، تیری دولت ساری ساڈی ہو جائے گی، ہاں تیرے میں نے دھوکھا کیتا، لیکن ایک گل یاد رکھنا ہے میری بیوی ہے، انہوں نے روپیہ پیسہ میری مرضی نہ دینا جن بھی دینا ہے، چلو بیٹا پورا تھا نہیں 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 میری بات سنو جان، اس کالے شکل والے سے میں کروں گی، اس کالے منہ والے سے شادی کروں گی، یہ کہہ رہا تو میرا تو پھر بٹھا ہی بیٹھا ہے، ابو معاف کر دے، ابو جی معاف کر دے، ایسے دادا ابو ایسے نہ کریں، ایسے نہ کریں پتا شری، ایسے نہ کریں، ابو معاف کر دے، ابو تو بھی معاف کر دے بھائی، ہمیں معاف کر دیں، آپ کی شادی ہوگی ہم آپ کو سبسکرائب کریں گے، پلیز پلیز، ایسا نہ کریں، ابو جی میں تے ابو دی جوتیاں جی رہنا ہے، بیٹا جوتیاں لے کے اندر ٹر جا، اے چچا جی کتے ہے سن لو، کی لانگ ڈرائیو تے جاؤ تو ڈیش بورڈ چ ٹکی رکھ لینا، جان آپ تو میرے پیچھے آئے تھے نا، ہاں تیرے پیچھے آیا تھا، چل جا چل میرے پتر صاحب، ایسے نہ کرے، معافی دے دے سسکینا صاحب، چلو کوئی بات نہیں، جانا آپ نے شادی کر لی کوئی بات نہیں، میں آپ کو دودھ پلاؤں گی، نہیں یہ خمیریا پیڑے ہیں، امی میں نے معاف کر دے، میں نے تھوڑا گویا چکتا رہا، بیٹا جتنا ویاہ کر لیا ہم لویا چکیں گا، دیکھیں کسی کو کچھ نہیں دینا، ٹھیک ہے،